ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਸੰਗਰੂਰ ਵਿੱਚ ਨਮੀ ਬਾੜਬੰਦੀ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ ਕਰਵਾਈ ਜਾ ਰਹੀ ਨਮੀ ਬਾੜਬੰਦੀ ਦਾ ਭਾਜਪਾ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੌਂਸਲ ਵਿੱਚ ਵੀ ਇਸ ਦਾ ਇਤਰਾਜ਼ ਦਰਜ ਕਰਵਾਇਆ ਗਿਆ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਸਮੇਂ ਵੀ ਨਮੀ ਬਾੜਬੰਦੀ ਕਰਵਾਈ ਗਈ ਸੀ ਅਤੇ ਹੁਣ ਸੂਬਾ ਸਰਕਾਰ ਫੇਰ ਤੋਂ ਨਮੀ ਬਾੜਬੰਦੀ ਕਰਵਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਮਰਦਾਬਾਦ 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 ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਜਨਪਤ ਸਰਕਾਰ ਹਾਏ 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 ਮਰਦਾਬਾਦ 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 ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਆਮ ਆਦਮੀ ਪਾਰਟੀ ਸਰਕਾਰ ਮਰਦਾਬਾਦ 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 ਦੇਖੋ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਨੇ ਇਹਨੇ ਪਿਛਲੇ ਜੋ ਕਾਂਗਰਸ ਸਰਕਾਰ ਹੈ ਉਨੇ ਵੀ ਆਪਣੇ ਹਾਲਾਤ ਦੇਖ ਲਏ ਸੀ ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਮਾੜੇ ਸੀ ਤੇ ਜਦੋਂ ਸਰਕਾਰਾਂ ਦੇਖ ਲੈਂਦੀਆਂ ਨੇ ਵੀ ਸਾਡੇ ਹਾਲਾਤ ਮਾੜੇ ਐ ਅਸੀਂ ਇਲੈਕਸ਼ਨ ਨਹੀਂ ਜਿੱਤ ਪਾਵਾਂਗੇ ਸਾਡੀ ਕਰਕਰੀ ਹੋਊਗੀ ਤਾਂ ਇਹੋ ਜਿਹੇ ਪ੍ਰੋਪਾਗੈਂਡਾ ਇਹ ਜਿਹੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ ਊਨਾਮ ਆਦਮੀ ਪਾਰਟੀ ਦੇ ਹਾਲਾਤ ਪੰਜਾਬ ਦੇ ਵਿੱਚ ਬੜੇ ਮਾੜੇ ਹੋ ਗਏ ਪਿੱਛੇ ਜੋ ਐਮਪੀ ਦੀ ਇਲੈਕਸ਼ਨ ਆ ਉਦੋਂ ਇਹਨਾਂ ਦੇ ਮਾੜੇ ਰਿਜ਼ਲਟ ਆਏ ਐ ਤੇ ਅੱਜ ਤਾਂ ਬਹੁਤ ਹੀ ਜ਼ਿਆਦਾ ਲਗਭਗ ਸਾਰੇ ਹੀ ਲੋਕ ਇਹਨਾਂ ਤੋਂ ਨਾਰਾਜ਼ ਨੇ ਹਰੇਕ ਵਰਗ ਨਾਰਾਜ਼ ਐ ਤੇ ਹੁਣ ਐਮਸੀ ਦੀ ਇਲੈਕਸ਼ਨ ਕਰਾਉਣੀ ਇਹਨਾਂ ਦੀ ਮਜਬੂਰੀ ਬਣ ਚੁੱਕੀ ਐ ਤੇ ਇਹਨੂੰ ਕਿਤੇ ਨਾ ਕਿਤੇ ਬੇਨਿਫਿਟ ਲੈਣ ਵਾਸਤੇ ਇਹਨਾਂ ਨੇ ਬਾੜਬੰਦੀ ਇੱਧਰ ਉੱਧਰ ਕੀਤੀ ਐ ਇਹਨਾਂ ਨੂੰ ਬਹੁਤ ਵੱਡਾ ਭੁਲੇਖਾ ਹੈ ਗਲਤਫਹਿਮੀ ਹੈ ਕਿ ਐਸਾ ਕੁਝ ਕਰਕੇ ਅਸੀਂ ਲੋਕਾਂ ਨੂੰ ਆਪਣੇ ਭਰਮਜਾਲ ਦੇ ਵਿੱਚ ਫਸਾ ਲਾਂਗੇ ਜਾਂ ਅਸੀਂ ਇਹ ਇਲੈਕਸ਼ਨ ਜਿੱਤ ਜਾਾਂਗੇ ਪਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੇ ਹੱਕ ਦੇ ਵਿੱਚ ਖੜੀ ਹੈ ਸੰਗਰੂਰ ਦੇ ਸ਼ਹਿਰ ਦੇ ਨਿਵਾਸੀ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ ਤੇ ਕੱਲ 12 ਦੇ ਕਰੀਬ ਅਸੀਂ ਇਤਰਾਜ਼ ਦਰਜ ਕਰਾਏ ਸੀ ਤੇ ਕੁਝ 5-7 ਇਤਰਾਜ਼ ਅੱਜ ਵੀ ਦਰਜ ਕਰਾਏ ਗਏ ਆ ਇਦੇ ਵਿੱਚ ਜੋ ਐਸਸੀ ਵਾਰਡ ਸੀਗੇ ਉਹਨਾਂ ਨੂੰ ਕੱਟ ਕੇ ਜਰਨਲ ਕਰ ਦਿੱਤਾ ਗਿਆ ਕੋਈ ਜਿੱਥੇ ਪਹਿਲਾਂ ਜਰਨਲ ਵਾਰਡ ਸੀ ਉਹਨਾਂ ਨੂੰ ਕੱਟ ਕੇ ਐਸਸੀ ਕਰ ਦਿੱਤਾ ਗਿਆ ਜਿੱਥੇ ਬਹੁਤ ਘੱਟ ਪਪੂਲੇਸ਼ਨ ਐਸਸੀਜ਼ ਦੀ ਤਾਂ ਇਹਨੂੰ ਦਰਸ਼ਤਗੀ ਵਾਸਤੇ ਅਸੀਂ ਵੱਖੋ-ਵੱਖਰੇ ਇਤਰਾਜ਼ ਦਰਜ ਕਰਾਏ ਗਏ ਕਿਤੇ ਏਰੀਏ ਦਾ ਵੀ ਇਤਰਾਜ਼ ਹੈ ਤੇ ਮੈਂ ਸਮਝਦਾ ਵੀ ਸਰਕਾਰ ਨੂੰ ਇਹਨਾਂ ਇਤਰਾਜ਼ਾਂ ਦੇ ਉੱਤੇ ਗੌਰ ਕਰਨਾ ਚਾਹੀਦਾ ਨਹੀਂ ਜੋ ਇਲੈਕਸ਼ਨ ਹੋਊਗਾ ਤਾਂ ਉਹਦੇ ਵਿੱਚ ਰਿਜ਼ਲਟ ਸਾਹਮਣੇ ਆ ਜਾਣਾ ਜੋ ਸਰ ਜੀ ਗੱਲ ਕੀਤੀ ਜਾਵੇ ਜਿਵੇਂ ਵਾਰਡ ਬੰਦੀ ਹੈ ਵਾਰਡ ਬੰਦੀ ਦਾ ਜਿਹੜਾ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਕਿੰਨੇ ਸਾਲਾਂ ਬਾਅਦ ਜਿਹੜੀ ਹੋ ਸਕਦੀ ਹੈ ਦੇਖੋ ਮੇਰੀ ਜਾਣਕਾਰੀ ਮੁਤਾਬਕ ਜੋ ਕਾਨੂੰਨ ਹੈ ਉਹ 15 ਸਾਲਾਂ ਬਾਅਦ ਇਜਾਜ਼ਤ ਦਿੰਦਾ ਹੈ ਵਾਰਡਬੰਦੀ ਚੇਂਜ ਕਰਨ ਦੀ ਪਰ ਪਿੱਛੇ ਜੇ ਇਸੇ ਸਾਲ ਦੇ ਵਿੱਚ ਹੀ ਕਹੂੰਗਾ ਮੈਂ ਤਾਂ ਕਿਉਂਕਿ 2022 ਚੱਲ ਰਿਹਾ ਹੈ ਕਾਂਗਰਸ ਸਰਕਾਰ ਵੱਲੋਂ ਵੀ ਵਾਰਡਬੰਦੀ ਦਾ ਪ੍ਰੋਸੀਜਰ ਚਲਾਇਆ ਗਿਆ ਸੀ ਵਾਰਡਬੰਦੀ ਕਰਾਈ ਗਈ ਸੀ ਤੇ ਇਸੇ ਸਾਲ ਚ ਦੂਜੀ ਵਾਰ ਵਾਰਡਬੰਦੀ ਕਰਾਈ ਗਈ ਹੈ ਇਹ ਵੀ ਕਿਤੇ ਨਾ ਕਿਤੇ ਗੈਰ ਕਾਨੂੰਨ ਹੈ ਇਸ ਤਰੀਕੇ ਦੀ ਵਾਰਡਬੰਦੀ ਨਹੀਂ ਹੋ ਸਕਦੀ ਤਾਂ ਅਸੀਂ ਅਗਰ ਸਰਕਾਰ ਜ਼ਿਆਦਾ ੱੱਕਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਅਸੀਂ ਕਾਨੂੰਨੀ ਰਾਹ ਵੀ ਅਪਣਾ ਸਕਦੇ ਹਾਂ ਤੇ ਇਹ ਜੋ ਵਾਰਡਬੰਦੀ ਗਲਤ ਤਰੀਕੇ ਨਾਲ ਹੋਈ ਹੈ ਇਹਨੂੰ ਰੁਕਵਾਵਾ ਸਕਦੇ ਹਾਂ ਜੂਰ ਸਾਹਿਬ ਦੇਖੋ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਉਹਦਾ ਕੋਈ ਰਾਜਾ ਬਾਬੂ ਨਹੀਂ ਹੈ ਸਿਸਟਮ ਪੂਰੀ ਤਰ੍ਹਾਂ ਕੋਲਾਪਸ ਹੋ ਚੁੱਕਿਆ ਹੈ ਕਿਤੇ ਰਾਗਵ ਚੱਡਾ ਆਪਣੀ ਚਲਾ ਰਿਹਾ ਕਿਤੇ ਕੇਜਰੀਵਾਲ ਆਪਣੀ ਚਲਾ ਰਿਹਾ ਹੈ ਭਗਵੰਤ ਮਾਨ ਮਜਬੂਰ ਹੋ ਕੇ ਦਿਖਾਉਣ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ ਕਿ ਮੈਂ ਮੁੱਖ ਮੰਤਰੀ ਹਾਂ ਸਟੇਟ ਦਾ ਪਰ ਉਹਦੀ ਕਿਤੇ ਨਾ ਕਿਤੇ ਵਾਹ ਨਹੀਂ ਚੱਲ ਰਹੀ ਤੇ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਖਤਮ ਹੋ ਗਿਆ ਲੋਕਾਂ ਦੇ ਕੰਮ ਕਾਰੋਬਾਰ ਖਤਮ ਹੋ ਰਹੇ ਐ ਜੋ ਕਰਜ਼ੇ ਦੀ ਹੱਦ ਸੀਗੀ ਉਹ ਪਾਰ ਹੋ ਚੁੱਕੀ ਐ 31000 ਕਰੋੜ ਦੇ ਕਰੀਬ ਪੰਜਾਬ ਸਰਕਾਰ 9 ਮਹੀਨਿਆਂ ਦੇ ਵਿੱਚ ਕਰਜ਼ਾ ਲੈ ਚੁੱਕੀ ਐ 27000 ਕਰੋੜ ਦਾ ਕਰਜ਼ਾ ਜੋ ਕਦੇ ਡੈਪਟ ਫ੍ਰੀ ਹੋ ਗਿਆ ਸੀਗਾ ਅੱਜ ਜੋ ਪੀਐਸਪੀਸੀਐਲ ਹੈ ਪੰਜਾਬ ਬਿਜਲੀ ਬੋਰਡ ਐ 27000 ਕਰੋੜ ਰੁਪਏ ਦਾ ਉਹਦੇ ਤੇ ਕਰਜ਼ਾ ਹੋ ਚੁੱਕਿਆ ਅਗਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਉਹਨਾਂ ਨੂੰ ਮੈਂ ਕਹਿੰਦਾ ਟਰਾਂਸਫਾਰਮਰ ਖਰੀਦਣ ਵਾਸਤੇ ਵੀ ਉਹਨਾਂ ਕੋਲ ਪੈਸੇ ਨਹੀਂ ਹੋਣੇ ਤਾਂ ਕਿਸ ਤਰੀਕੇ ਨਾਲ ਸਿਸਟਮ ਚੱਲੂਗਾ ਪੰਜਾਬ ਦਾ ਫਾਈਨੈਂਸ਼ੀਅਲ ਸਿਸਟਮ ਪੰਜਾਬ ਦਾ ਲਾਅ ਐਂਡ ਆਰਡਰ ਪੰਜਾਬ ਦੇ ਲੋਕਾਂ ਦਾ ਜੋ ਵਪਾਰ ਸੀ ਉਹ ਠੱਪ ਹੋ ਚੁੱਕਿਆ ਅੱਜ ਲੋਕ ਉਹਨਾਂ ਤੋਂ ਬੇਹੱਦ ਨਾਰਾਜ਼ ਨੇ ਤੇ ਐ ਐਮਸੀ ਇਲੈਕਸ਼ਨ ਹੋਣੇ ਆ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣੇ ਆ ਇਹਦੇ ਚ ਬੁਰੀ ਹਾਰ ਦਾ ਸਾਹਮਣਾ ਕਰਨਾ ਪਊਗਾ ਜੋ ਉਤਰਾਜ ਪਹਿਲਾਂ ਸਾਲ ਪਹਿਲਾਂ ਵੀ ਇਹਨਾਂ ਨੇ ਬਾੜਬੰਦੀ ਕਰਾਈ ਸੀ ਸਿੰਘਲਾ ਸਾਹਿਬ ਨੇ ਹੁਣ ਇਹਨਾਂ ਨੂੰ ਪਤਾ ਨਹੀਂ ਕੀ ਜ਼ਰੂਰਤ ਪਈ ਆ ਜਾਂ ਤਾਂ ਇਹ ਸਰਕਾਰ ਘਬਰਾ ਚੁੱਕੀ ਆ दारू फैक्ट्री ਦਾ ਦੇਖੋ ਕਿਸਾਨ ਬੈਠੇ ਨੇ ਜੀਰਾ ਦੇ ਵਿੱਚ ਕੀ ਹੋ ਰਿਹਾ ਇਹਨਾਂ ਦਾ ਅਜੇ ਜੋ ਇਹਨਾਂ ਨੇ ਬਾਦੇ ਕਿਤੇ ਸੀ ਉਹਨਾਂ ਤੋਂ ਪੱਜ ਰਹੇ ਨੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਹੀ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਇਹ ਪ੍ਰੋਪਰ ਜੋ ਸਟੇ ਤੁਸੀਂ ਬੈਠੇ ਹੋ ਸੰਗਰੂਰ ਸ਼ਹਿਰ ਦੀ ਜਨਤਾ ਇਹਨੂੰ ਕਬੂਲ ਨਹੀਂ ਕਰੂਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਮੇਟੀ ਇਲੈਕਸ਼ਨਾਂ ਦੇ ਵਿੱਚ ਵੀ ਤੁਹਾਨੂੰ ਇਹਦਾ ਰਿਜ਼ਲਟ ਭੁਗਤਣਾ ਪਊਗਾ ਜਿਆਦਾ ਸਹੀ ਤਰੀਕੇ ਜੋ ਵਾਦੇ ਕੀਤੇ ਨੇ ਉਹ ਤੁਸੀਂ ਪੂਰੇ ਕਰ ਦਿਓ ਜਿਵੇਂ ਕਿਸਾਨ ਰੋਲ ਰਿਹਾ ਕਿਸਾਨਾਂ ਨਾਲ ਜੋ ਵਾਦੇ ਕੀਤੇ ਸੀਗੇ ਅੱਜ ਤੁਸੀਂ ਕਿੱਥੇ ਉਹ ਜੀਰਾ ਫੈਕਟਰੀ ਮੁਰੇ ਧਰਨਾ ਲਾ ਰਹੇ ਨੇ ਉਹਨਾਂ ਦੀ ਪ੍ਰੋਬਲਮ ਦੇਖੋ ਪ੍ਰੋਬਲਮ ਨੂੰ ਸੋਲਵ ਕਰੋ ਨਹੀਂ ਇਹ ਜਿਹੜੀ ਬਾੜਬੰਦੀ ਜਿਹੜੀ ਤੁਸੀਂ ਕੀਤੀ ਆ ਜਰਨਲ ਵਾਰਡ ਆ ਜਿਹੜਾ ਉਹਨੂੰ ਐਸਸੀ ਚ ਪਾਤਾ ਐਸਸੀ ਵਾਰਡ ਨੂੰ ਜਰਨਲ ਚ ਪਾਤਾ ਜੇ ਤੁਸੀਂ ਇਹ ਨਹੀਂ ਕਰੋਗੇ ਉਹਨੂੰ ਠੀਕ ਨਹੀਂ ਕਰੋਗੇ ਤਾਂ ਸਾਨੂੰ ਕਾਨੂੰਨੀ ਕਾਰਵਾਈ ਦੀ ਵੀ ਕਰਨੀ ਪਊਗੀ ਇਹਨਾਂ ਦੇ ਖਿਲਾਫ ਪੁਲਿਸ ਸਾਹਿਬ ਤੁਹਾਨੂੰ ਗਲਤ ਫਹਿਮੀ ਆ ਇਹ ਗਲਤ ਫਹਿਮੀ ਪਲੇਖਾ ਬਹੁਤ ਵੱਡਾ ਕਿ ਅਸੀਂ ਬਾੜਬੰਦੀ ਕਰਾ ਕੇ ਇਸੇ ਹਿਸਾਬ ਨਾਲ ਅਸੀਂ ਬਾੜ ਜਿੱਤ ਲਈਏ ਬਾਰਤ ਸੰਗਰੂਰ ਦੀ ਜਨਤਾ ਇਸ ਨੂੰ ਨਹੀਂ ਕਬੂਲ ਕਰੂਗੀ ਸੰਗਰੂਰ ਦੀ ਜਨਤਾ ਨੇ ਪਹਿਲਾਂ ਦੇਖ ਲਿਆ ਸਿੰਗਲਾ ਸਾਹਿਬ ਨੇ ਵੀ ਕਰਾਈ ਸੀ 15 ਇਹਦਾ ਜੇ ਸੰਵਿਧਾਨ ਦੇ ਵਿੱਚ ਜਾਈਏ ਇੱਕ ਬਾੜ ਬੰਦੀ ਨੂੰ 15 ਸਾਲ ਬਾਅਦ ਕਰਾ ਸਕਦੇ ਆ ਸਰਕਾਰ ਇਹਨਾਂ ਨੇ 7-8 ਸਾਲਾਂ ਬਾਅਦ ਹੀ ਕਰਾਤੀ ਇਹ ਬੁਖਲਾਈ ਹੋਈ ਸਰਕਾਰ ਆ ਇਹਨਾਂ ਨੇ ਦੇਖਦੇ ਹੋਏ ਹਿਮਾਚਲ ਦੇ ਵਿੱਚ ਦੇਖ ਲਓ ਯੂਪੀ ਦੇ ਵਿੱਚ ਜਾ ਕੇ ਆਏ ਨੇ ਹੁਣ ਗੁਜਰਾਤ ਦੇ ਵਿੱਚ ਸਰਕਾਰ ਬਣੂਗੀ ਸਰਕਾਰ ਇਸੇ ਤਰੀਕੇ ਸੰਗਰੂਰ ਦੀ ਕਮੇਟੀ ਦੇ ਵਿੱਚ ਵੀ ਸਾਨੂੰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਇਹੀ ਹਾਲ ਹੁੰਦਾ ਦਿਖਦਾ